राज्य में आवारा पशुओं की समस्या दिन ब दिन बढ़ती जा रही है जिससे यहाँ शहरी इलाकों में आए दिन आवारा पशुओं की वजह से कोई न कोई हादसा होता रहता है वहीं ग्रामीण इलाकों में भी किसानों की फसलें खराब हो रही है इस समस्या से निपटने के लिए पंजाब सरकार ने इस वित्तीय बजट में 25 करोड़ का प्रावधान रखा है जिसको लेकर भारत सरकार की मिनिस्ट्री ऑफ इन्वायरमेंट एंड फॉरेस्ट क्लाइमेट चेंज की तरफ से मनोनीत एनिमल वेलफेयर स्टेट अफसर और पंजाब के गौ सेवा कमीशन के पूर्व चेयरमैन कीमती भगत ने कहा कि राज्य में उनतीस लाख गौ और बावन लाख भैंसे हैं जिसके लिए पंजाब सरकार ने नौ तरह की चीजों पर सेस लगाया हुआ है और इनसे इकट्ठे हुए सौ करोड़ रुपए पंजाब सरकार की तरफ से बकाया है जिसे पंजाब सरकार को इन पशुओं के लिए खर्चना चाहिए वही अगर कोई डेयरी मालक इन पशुओं को सड़कों पर बेसहारा छोड़ता है तो उसके ऊपर गुजरात मॉडल की तरह कार्रवाई होनी चाहिए जिससे हर पशु मालिकों के कहा हुए एक ऐसी चिप डाली जाती है जिसमें उसके मालिक की पहचान होती है अगर वो इन पशुओं को बेसहारा सड़कों पर छोड़ता है तो उसको जुर्माना और दो साल की सजा हो सकती है बेरो फिर अचानक न्यूज जलंधर मैं ना पंजाब के अंदर गौधन की सेवा संभाल से अकाली दल भारतीय जनता पार्टी की सरकार के मुखी सरदार प्रकाश सिंह बादल साहब ने गौ सेवा बोर्ड बनाया गौ सेवा कमीशन बनाया ਉਦਾਸ ਨੂੰ ਸੇਵਾ ਕਰਨ ਦਾਰ ਚ ਮੌਕਾ ਮਿਲਿਆ ਪੰਜਾਬ ਦੇ ਅੰਦਰ 472 ਗਊਸ਼ਾਲਾ ਨੇ ਜਿਹਦੇ ਅੰਦਰ 384000 ਗਊਧਾਨ ਦੀ ਸੇਵਾ ਸੰਭਾਲ ਐਨ ਜੀਓ ٹرسٹ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਕੰਮ ਜਿਹੜਾ ਚੱਲ ਰਿਹਾ ਹੈ ਇੱਕ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਜੋ ਕਰੰਟਲੀ ਅੱਜ ਵੀ ਹੈ ਪੰਜਾਬ ਦੀਆਂ ਸੜਕਾਂ ਤੇ 110000 ਦੇ ਕਰੀਬ ਲਵਾਰਸ ਬੇਸਹਾਰਾ ਗਊਧਾਨਾਂ ਜਿਹਦੇ ਨਾਲ ਐਕਸੀਡੈਂਟ ਦੇ ਵਿੱਚ ਕਈ ਸੌ ਲੋਕ ਜਿਹੜੇ ਹਰ ਸਾਲ ਮਾਰੇ ਜਾਂਦੇ ਨੇ ਟ੍ਰੈਫਿਕ ਦੀ ਸਮੱਸਿਆ ਸਸਕਤੀ ਦਾ ਨਰਾਦਰ ਹੈ ਬੇਜਬਾਨ ਵੀ ਮਾਰੇ ਜਾ ਰਹੇ ਨੇ ਇਨਸਾਨ ਵੀ ਮਾਰੇ ਜਾ ਰਹੇ ਨੇ ਉਹਦੇ ਵਾਸਤੇ ਇੱਕ ਬੜੀ ਵੱਡੀ ਪਹਿਲ ਕਦਮ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਮੁਖੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ ਕੀਤੀ ਗਈ ਅਸੀਂ ਹਰੇਕ ਪੰਜਾਬ ਦੇ 22 ਦੇ 22 ਜ਼ਿਲ੍ਹਿਆਂ ਦੇ ਅੰਦਰ 25-25 ਏਕੜ ਜ਼ਮੀਨ ਲੈ ਕੇ ਉਦੇ ਤੇ ਇੱਕ ਸਰਕਾਰੀ ਕੈਪਟਲ ਪਾਉਂਡ ਜੋ ਗਊਸ਼ਾਲਾ ਦੀ ਉਸਾਰੀ ਕੀਤੀ ਉਸ ਟਾਈਮ 40 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਾਰੀ ਕੀਤਾ ਜਿਹੜੀਆਂ ਸਾਰੀਆਂ ਗਊਸ਼ਾਲਾ ਬਣ ਕੇ ਤਿਆਰ ਹੋ ਗਈਆਂ ਤਕਰੀਬਨ 20000 ਦੇ ਕਰੀਬ ਜੋ ਗਊ ਧਨ ਦੀ ਸੇਵਾ ਸੰਭਾਲ ਉਹਨਾਂ ਦੇ ਅੰਦਰ ਵੀ ਹੋ ਰਹੀ ਹੈ ਪਰ ਬਦਕਿਸਮਤੀ ਨਾਲ ਜਦੋਂ ਪੰਜਾਬ ਦੀ ਸਰਕਾਰ ਬਦਲੀ ਉਸ ਤੋਂ ਬਾਅਦ ਅੱਜ ਤੱਕ ਤਕਰੀਬਨ ਗਊ ਸੇਵਾ ਸਸ ਜੋ ਅਸੀਂ ਅਕਾਲੀ ਭਾਜਪਾ ਦੇ ਸਰਕਾਰ ਦੇ ਸਮੇਂ ਲਾਇਆ ਉਹ ਨੋ ਐਟਮਾ ਤੇ ਗਊ ਸੇਵਾ ਸਸ ਲਗਾਇਆ ਸੀ 2 ਪੈਸੇ ਪਰ ਯੂਨਟ ਲੈਕਸਿਟੀ ਤੇ ਮੈਰਿਜ ਪੈਲੇਸ ਤੇ 1000 ਰੁਪਿਆ 2 ਵੀਲਰ ਤੇ 200 ਰੁਪਿਆ 4 ਵੀਕਲ ਤੇ 1000 ਰੁਪਿਆ ਵਾਈਨ ਤੇ ਲਗਾਇਆ ਸੀ ਹੋਰ ਵੀ ਕਈ ਚੀਜ਼ਾਂ ਤੇ ਸਸ ਲਗਾਇਆ ਅੱਜ ਤਕਰੀਬਨ ਉਹਦਾ 100 ਕਰੋੜ ਰੁਪਿਆ ਪੰਜਾਬ ਸਰਕਾਰ ਕੋਲ ਪਿਆ ਹੈ ਪੰਜਾਬ ਸਰਕਾਰ ਨੇ 3 ਸਾਲਾਂ ਦੇ ਅੰਦਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੋ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਇੱਕ ਵੀ ਪੈਸਾ ਜਾਰੀ ਨਾ ਕਰਨਾ ਅੱਜ ਪੰਜਾਬ ਦੇ ਵਿੱਚ ਜਿਹੜਾ ਗਊਧਾਨੇ ਸੜਕਾਂ ਤੋਂ ਸਰਕਾਰੀ ਕੈਟਲ ਪਾਉਂਡ ਗਊਸ਼ਾਲਾ ਚ ਨਹੀਂ ਜਾ ਸਕਿਆ ਔਰ ਜਿਹੜਾ ਬਜਟ اجلاس ਦੇ ਵਿੱਚ ਮਨਪ੍ਰੀਤ ਬਾਦਲ ਜੀ ਨੇ ਔਰ ਮਾਨਯੋਗ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਨੇ ਇੱਕ ਅਨਾਊਂਸਮੈਂਟ ਕੀਤੀ ਹੈ 25 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਮੈਂ ਸਮਝਦਾ ਲੋਕਾਂ ਨਾਲ ਵੀ ਧੋਖਾ ਬੇਜਬਾਨਾਂ ਨਾਲ ਵੀ ਧੋਖਾ ਹੈ ਤਜਵੀਜ਼ ਰੱਖਣ ਦੀ ਲੋੜ ਨਹੀਂ ਪੈਸੇ ਰਿਲੀਜ਼ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਲੋਕਾਂ ਨੇ ਜਿਹੜਾ ਦੋ ਪੈਸੇ ਸਸ ਦੇ ਹਿਸਾਬ ਨਾਲ ਜਿਹੜਾ ਪੈਸਾ ਗਊ ਸੇਵਾ ਸਸ ਦਾ ਇਕੱਠਾ ਹੋਇਆ ਸਰਕਾਰ ਕੋਲ ਤਕਰੀਬਨ 100 ਕਰੋੜ ਰੁਪਏ ਉਹ 100 ਕਰੋੜ ਰੁਪਏ ਦਾ 100 ਕਰੋੜ ਪੰਜਾਬ ਸਰਕਾਰ ਤੁਰੰਤ ਜਾਰੀ ਜਾਰੀ ਕਰੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜੋ ਇਸ ਕੰਮ ਦੇ ਵਿੱਚ ਪਹਿਲ ਕਦਮੀ ਕਰਨ ਅੱਗੇ ਹੋ ਕੇ ਗਊ ਧਨ ਦੀ ਸੇਵਾ ਸੰਭਾਲ ਵਾਸਤੇ ਉਹ ਇਹ ਪੈਸੇ ਰੀਲੀਜ਼ ਕਰਨਾ ਤਾਂ ਕਿ ਪੰਜਾਬ ਦੀਆਂ ਸੜਕਾਂ ਤੋਂ ਜਿੰਨਾ ਵੀ ਗਊ ਧਨ ਆ ਉਹ ਸਰਕਾਰੀ ਕੈਟਰਲ ਪੌਂਡ ਗਊਸ਼ਾਲਾ ਦੇ ਅੰਦਰ ਜਾ ਕੇ ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਹੋ ਸਕੇ ਆਵਾਰਾ ਬਛਵਨ ਦੀ ਸਮੱਸਿਆ ਵੱਧ ਰਹੀ ਹੈ ਕਾਫੀ ਜ਼ਿਆਦਾ ਮੈਂ ਸਮਝਦਾ ਇੱਕ ਡੈਰੀ ਸਟੇਟ 29 ਲੱਖ ਦੇ ਕਰੀਬ ਸਾਡੇ ਕੋਲ ਗਊਤਾਨਾ બોੰਜਾ ਲੱਖ ਦੇ ਕਰੀਬ ਬਫਲ ਹੋਏ ਠੀਕ ਹੈ ਇਹ ਵੀ ਸਾਮ ਸੰਭਾਲੀ ਕਰਨਾ ਸਭ ਤੋਂ ਵੱਡਾ ਕੰਮ ਹੈ ਜਿਸ ਤਰ੍ਹਾਂ ਫਾਰਮ ਹਾਊਸ ਆਪਣੀ ਸਾਮ ਸੰਭਾਲ ਕਰਦੇ ਨੇ ਡੇਰੀਆਂ ਵਾਲੇ ਕਰਦੇ ਨੇ ਗਊਸ਼ਾਲਾ ਵਾਲੇ ਵੀ ਆਪਣਾ ਜਿਹੜਾ ਸਹਿਯੋਗ ਕਰ ਰਹੇ ਨੇ ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਆਪਣਾ ਸਹਿਯੋਗ ਕਰੇ ਜਿਹੜਾ ਲਵਾਰਸ ਬੇਸਾਰਾ ਰੋਡ ਦੇ ਉੱਤੇ ਗਊਤਾਨਾ ਹੈ ਜਿਹਦੀ وجہ ਨਾਲ ਕਈ ਕੀਮਤੀ ਜਾਨਾਂ ਦਾ ਨੁਕਸਾਨ ਵੀ ਹੁੰਦਾ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਨੇ ਮੈਂ ਸਮਝ ਨਾ ਸਾਰੇ ਪੰਜਾਬ ਦੇ ਰਾਜਨੀਤਿਕ ਪਾਰਟੀਆਂ ਅਗੇ ਵੀ ਮੇਰੀ ਇੱਕ ਪ੍ਰਾਰਥਨਾ ਹੈ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਗਊਤਾਨਾ ਹੈ ਬੇਜਬਾਨ ਹੈ ਇਹ ਕਿਸੇ ਇੱਕ ਪਾਰਟੀ ਦਾ ਨਹੀਂ ਕਿਸੇ ਇੱਕ ਧਰਮ ਦਾ ਨਹੀਂ Hindu Muslim Sikh Isai ਸਭ ਅਸੀਂ ਮਿਲ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਮਿਲ ਕੇ ਗਊਤਾਂ ਦੀ ਸੇਵਾ ਸੰਭਾਲਵਾਸੇ ਕੰਮ ਕਰੀਏ ਤਾਂ ਕਿ ਜੇ ਵੱਡਾ ਕੰਮ ਹੈ ਹਮਲਾ ਮਾਰ ਕੇ ਇਹਰਾ ਪ੍ਰਾਲਾ ਕਰੀਏ ਤਾਂ ਜੋ ਇਹ ਕੰਮ ਨਿਪਟੇ ਚੜ੍ਹੇ